ਸਾਰਿਆਂ ਨੂੰ ਯੇਸ਼ੂਕੀ ਅਸੀਂ ਅੱਜ ਵਿਚਾਰ ਕਰੀਏ ਪਰਮੇਸ਼ੁਰ ਨੇ ਜੋ ਸਾਨੂੰ ਜਿਹੜਾ ਦਰਜਾ ਦਿੱਤਾ ਹੈ ਬੁਲਾਵਾ ਅਤੇ ਬੁਲਾਹਟ ਇਸ ਬਾਰੇ ਵਿਚਾਰ ਕਰੀਏ। ਸਾਡੇ ਲਈ ਜਿਹੜਾ ਪਰਮੇਸ਼ੁਰ ਦਾ ਵਚਨ ਜਿਸ ਉੱਤੇ ਅਸੀਂ ਧਿਆਨ ਕਰਦੇ ਹਾਂ ਉਹ ਇਹੀ ਹੈ ਯਰਮੀਆ ਦੀ ਗ੍ਰੰਥ ਦੀ ਪਹਿਲੇ ਬਾਬ ਦੀ 4:5-17-19 ਜਿਹਦੇ ਵਿੱਚ ਪਰਮੇਸ਼ੁਰ ਯਰਮੀਆ ਨਬੀ ਨੂੰ ਬੁਲਾ ਕੇ ਉਸ ਨੂੰ ਨਿਯੁਕਤ ਕਰਨ ਦੇ ਬਾਰੇ ਨਿਯੁਕਤ ਕਰਕੇ ਜੋ ਜ਼ਿੰਮੇਵਾਰੀ ਹੈ ਬਹੁਤ ਆਸਾਨ ਨਹੀਂ ਮੁਸ਼ਕਿਲ ਵਾਲੀ ਜ਼ਿੰਮੇਵਾਰੀ ਹੈ ਪਰ ਇਹ ਪ੍ਰਭੂ ਨੇ ਇਹ ਕੀਤਾ ਹੈ। ਮਾਂ ਦੀ ਗਰਭ ਵਿੱਚ ਕੱਲਣ ਤੋਂ ਪਹਿਲਾਂ ਮੈਂ ਤੈਨੂੰ ਚੁਣ ਲਿਆ ਹੈ ਅਤੇ ਸਮਰਪਣ ਕੀਆ ਹੈ ਕੌਨਸਕ੍ਰੇਟਡ ਯੂ ਅਤੇ ਅਭਿਸ਼ੇਕ ਕੀਤਾ ਹੈ ਇਹ ਦੱਸਦਾ ਹੈ। ਦੂਸਰੇ ਪਾਠ ਵਿੱਚ ਪਹਿਲਾ ਕੋਰਿੰਥਸ ਦੇ 13 ਦੇ ਵਿੱਚ ਸੰਤ ਪੌਲਸ ਨੇ ਵਿਸ਼ਵਾਸ ਸੰਗਤ ਵਿੱਚ ਜਿਹੜੀਆਂ ਖੂਬੀਆਂ ਹੈ ਜੋ ਹੋਣਾ ਚਾਹੀਦਾ ਹੈ ਉਸ ਦੇ ਬਾਰੇ ਦੱਸਦਾ ਹੈ। ਪਰਮੇਸ਼ੁਰ ਦਾ ਆਪਣਾ ਸੁਭਾਵ ਦੇ ਵਿੱਚ ਇਨਸਾਨ ਦੁਬਾਰਾ ਸੁਰਜਣਾ ਚਾਹੀਦਾ ਹੈ ਉਹ ਹੈ ਪ੍ਰਭੂ ਦਾ ਪਿਆਰ, ਪਿਆਰ ਦੇ ਨਾਲ ਭਰ ਜਾਣਾ ਇਹੀ ਹੈ ਇਨਸਾਨ ਦੀ ਜ਼ਿੰਦਗੀ ਦਾ ਮਕਸਦ। ਅੰਜੀਲ ਦੇ ਪਾਠ ਜੋ ਸਾਡੇ ਸਾਹਮਣੇ ਹੈ ਉਹ ਹੈ ਲੂਕਾ ਦੇ ਅੰਜੀਲ ਦੇ 4 ਦੀ 21-30a ਤੱਕ। ਪਿਛਲੇ ਐਤਵਾਰ ਦੇ ਵਿੱਚ ਅਸੀਂ ਇਹ ਸੁਣਿਆ ਸੀ ਕਿ ਪ੍ਰਭੂ ਯੇਸ਼ੂ ਨੇ ਦੱਸਿਆ ਪ੍ਰਭੂ ਦੀ ਆਤਮਾ ਨੇ ਮੈਨੂੰ ਅਭਿਸ਼ੇਕ ਕੀਤਾ ਹੈ ਅਤੇ ਨਿਯੁਕਤ ਕੀਤਾ। ਫੈਬਰਵਰੀ ਮਹੀਨੇ ਦੇ 2 ਇਹੋ ਜਿਹਾ ਇੱਕ ਤਿਉਹਾਰ ਹੈ ਸਮਰਪਿਤ ਲੋਕਾਂ ਦੇ ਲਈ ਘੋਸ਼ਿਤ ਕੀਤਾ ਹੈ। ਸੰਤ ਪਾਪਾ ਬੈਨੇਡਿਕਟ 16 ਨੇ ਸਮਰਪਿਤ ਲੋਕਾਂ ਦੇ ਲਈ ਸੰਦੇਸ਼ ਦਿੱਤਾ ਹੈ ਅਤੇ ਉਹਨਾਂ ਦੇ ਜ਼ਰੀਏ ਹੋਣ ਵਾਲੀ ਸੰਸਾਰ ਦੇ ਵਿੱਚ ਕਲੀਸੀਆ ਦੇ ਵਿੱਚ ਹੋਣ ਵਾਲੇ ਕੰਮ ਦੇ ਬਾਰੇ ਬਹੁਤ ਅੱਛਾ ਉਹਨਾਂ ਨੂੰ ਵਧਾਈ ਦਿੱਤਾ ਹੈ। ਅਸੀਂ ਇਸ ਗੱਲ ਵੱਲ ਦੇਖਣਾ ਹੈ ਪ੍ਰਭੂ ਯੇਸ਼ੂ ਅੰਜੀਲ ਦੇ ਵਿੱਚ 4 ਦੇ 21-30 ਦੇ ਵਿੱਚ ਜਿਹੜਾ ਪਾਠ ਸਾਡੇ ਸਾਹਮਣੇ ਹੈ ਉਹ ਇਹੀ ਹੈ ਨਾਸਰਤ ਦੇ ਲੋਕ ਕਿਸ ਤਰੀਕੇ ਦੇ ਨਾਲ ਪ੍ਰਭੂ ਯੇਸ਼ੂ ਨੂੰ ਸਵਾਗਤ ਕੀਤਾ, ਸਵੀਕਾਰ ਕੀਤਾ। ਪ੍ਰਭੂ ਯੇਸ਼ੂ ਉਹਨਾਂ ਦੇ ਸਾਹਮਣੇ ਜਦੋਂ ਵੀ ਇਹ ਸੰਦੇਸ਼ ਸੁਣਾਇਆ ਉਸ ਵੇਲੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਜਿਹੜੀਆਂ ਗੱਲਾਂ ਅਸੀਂ ਇਹਦੇ ਬਾਰੇ ਸੁਣੀਆਂ ਹੈ ਯਹੂਦਾ ਵਿੱਚ ਅਤੇ ਹੋਰ ਜਗ੍ਹਾ ਦੇ ਵਿੱਚ ਜੋ ਸੁਣਾ ਹੈ ਅਸੀਂ ਇੱਥੇ ਵੀ ਹੁੰਦੇ ਦੇਖਣਾ ਚਾਹੁੰਦੇ ਹਾਂ। ਯਾਨੀ ਲੋਕਾਂ ਦੀ ਆਪਣੀ ਕੋਈ ਮਰਜ਼ੀ ਹੈ ਕਿ ਅਸੀਂ ਇਹ ਦੇਖਣਾ ਚਾਹੁੰਦਾ ਹੈ, ਅਸੀਂ ਉਹ ਦੇਖਣਾ ਚਾਹੁੰਦਾ ਹੈ, ਸਾਡਾ ਇਹ ਕੰਮ ਹੋਣਾ ਚਾਹੀਦਾ ਹੈ। ਇਸ ਤਰੀਕੇ ਦੇ ਨਾਲ ਲੋਕਾਂ ਦੀ ਆਪਣੀ ਸੋਚ ਔਰ ਜ਼ਰੂਰਤ ਹੈ, ਉਸਦੇ ਮੁਤਾਬਿਕ ਉਹ ਸੋਚਦਾ ਹੈ ਇੱਥੇ ਵੀ ਕੋਈ ਚਮਤਕਾਰ ਕਰੋ, ਇੱਥੇ ਤੁਸੀਂ ਅਦਭੁਤ ਕੰਮ ਕਰੋ, ਅਸੀਂ ਵੇਖਣਾ ਚਾਹੁੰਦਾ ਹੈ। ਪ੍ਰਭੂ ਯੇਸ਼ੂ ਉਹਨਾਂ ਨੂੰ ਧਰਮ ਗ੍ਰੰਥ ਵਿੱਚੋਂ ਹੀ ਨਿਕਾਲ ਕੇ ਦੱਸਦਾ ਹੈ ਤੁਸੀਂ ਜ਼ਰੂਰ ਇਹ ਮੈਨੂੰ ਦੱਸਣਗੇ, ਤੁਸੀਂ ਇੱਥੇ ਜਿਹੜਾ ਕੰਮ ਤੁਸੀਂ ਉੱਥੇ ਕੀਤਾ ਉਹ ਇੱਥੇ ਵੀ ਕਰੋ, ਅਸੀਂ ਵੀ ਵੇਖਣਾ ਹੈ। ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਚਰਚਾ ਉਹਨਾਂ ਜਗ੍ਹਾ ਦੇ ਵਿੱਚ ਜ਼ਿਆਦਾ ਵੱਧ ਗਿਆ ਸੀ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਪ੍ਰਭੂ ਯੇਸ਼ੂ ਬਿਮਾਰ ਨੂੰ ਚੰਗਾ ਕੀਤਾ, ਬਦਰੂਆਂ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਸੁਸਮਾਚਾਰ ਦੀ ਘੋਸ਼ਣਾ ਅਤੇ ਬਹੁਤ ਸਾਰੇ ਲੋਕ ਉਹਦੇ ਚੇਲੇ ਬਣ ਗਿਆ ਹੈ ਇਹਦੇ ਬਾਰੇ ਸੁਣਿਆ। ਅਤੇ ਨਾਸਰਤ ਦੇ ਲੋਕ ਸੋਚਦਾ ਹੈ ਕਿ ਇਹ ਯੂਸਫ ਦਾ ਪੁੱਤਰ ਨਹੀਂ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨਬੀ। ਯੂਹੰਨਾ ਦੇ ਅੰਜੀਲ ਦੇ ਵਿੱਚ ਵੀ ਅਸੀਂ ਇਸ ਗੱਲ ਵੱਲ ਧਿਆਨ ਆਏਗਾ ਜਦੋਂ ਅੰਦਰਿਆਸ ਜਾ ਕੇ ਬਰਥਲੋਮੀਆ ਨੂੰ ਜਾ ਕੇ ਦੱਸਦਾ ਹੈ ਕਿ ਨਥਾਨੀਅਲ ਨੂੰ ਜਾ ਕੇ ਦੱਸਦਾ ਹੈ ਕਿ ਦੇਖੋ ਮਸੀਹਾ ਹੈ, ਨਾਸਰਤ ਵਾਲੀ ਯੇਸ਼ੂ ਹੈ। ਤਾਂ ਉਹ ਪੁੱਛਦਾ ਹੈ ਕਿ ਨਾਸਰਤ ਵਿੱਚ ਕੋਈ ਚੰਗੀ ਗੱਲ ਕੋਈ ਚੀਜ਼ ਨਿਕਲ ਸਕਦਾ ਹੈ? ਅਸੀਂ ਜਾਣਦੇ ਹਾਂ ਕਿ ਨਾਸਰਤ ਵਾਲੇ ਲੋਕ ਕਿਸ ਤਰ੍ਹਾਂ ਦੇ ਹੈ,
ਅਤੇ ਨਾਸਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾਤਰ ਪਤਾ ਹੈ ਕਿ ਇਹ ਤਾਂ ਯੂਸਫ ਦਾ ਲੜਕਾ ਹੈ, ਇਹਨੂੰ ਕਿੱਥੋਂ ਇਹ ਸਾਰੀਆਂ ਗੱਲਾਂ ਮਿਲ ਗਿਆ ਹੈ, ਇਹਨੂੰ ਕਿਸ ਤਰ੍ਹਾਂ ਪਰਮੇਸ਼ਵਰ ਆਪਣੇ ਨਬੀ ਬਣਾ ਸਕਦਾ ਹੈ। ਪਰ ਸੱਚਾਈ ਇਹੀ ਹੈ, ਪਰਮੇਸ਼ਵਰ ਹਰ ਇੱਕ ਨੂੰ ਚੁਣਦਾ ਹੈ। ਪਿੱਛੇ ਅਸੀਂ ਵੇਖਿਆ ਸੀ ਕਿ ਮਸੀਹ ਇੱਕੋ ਸਰੀਰ ਹੈ, ਅਸੀਂ ਸਭ ਮਸੀਹ ਦੇ ਸਰੀਰ ਦੇ ਅੰਗ ਹਾਂ, ਜਿਹੜੇ ਬਪਤਿਸਮਾ ਲਿਆ ਉਹ ਸਭ ਪ੍ਰਭੂ ਯੇਸ਼ੂ ਦੇ ਸਰੀਰ ਦੇ ਅੰਗ ਹੈ। ਤੋ ਇਹ ਸਰੀਰ ਦੇ ਅੰਗ ਦੇ ਵਿੱਚ ਕਿਸੇ ਨੂੰ ਵੀ ਪ੍ਰਭੂ ਆਪਣੇ ਸੰਦੇਸ਼ ਸੁਣਾਉਣ ਲਈ, ਆਪਣੇ ਕੰਮ ਕਰਨ ਲਈ ਵੱਖ ਵੱਖ ਜ਼ਿੰਮੇਵਾਰੀਆਂ ਦੇ ਸਕਦਾ ਹੈ। ਅਤੇ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਨਿਯੁਕਤ ਕਰਦਾ ਹੈ ਉਹਨਾਂ ਨੂੰ ਸਵੀਕਾਰ ਕਰਨ ਦੇ ਲਈ ਆਮ ਤੌਰ 'ਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਹੈ, ਆਪਣੇ ਲੋਕਾਂ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੈ। ਇਹੀ ਇੱਕ ਕਾਰਨ ਹੈ ਕਲੀਸੀਆ ਦੇ ਵਿੱਚ ਜੋ ਪੁਰੋਹਿਤਾਂ ਦੀ ਬਦਲੀ ਹੋਣ ਦਾ, ਅਤੇ ਜਦੋਂ ਆਪਣੇ ਪਿੰਡ ਦੇ ਵਿੱਚ ਆਮ ਤੌਰ 'ਤੇ ਜੇਕਰ ਫਾਦਰ ਜੀ ਉਸਦੇ ਆਪਣੇ ਪਿੰਡ ਦੇ ਵਿੱਚ ਉਸਨੂੰ ਅਰਿਸ਼ਪ੍ਰਿਸ ਦੇ ਦਰਜਾ ਦੇ ਕੇ ਬਿਠਾਏਗਾ ਨਹੀਂ, ਕਿਉਂਕਿ ਪਿੰਡ ਦੇ ਲੋਕ ਉਹਨੂੰ ਜਾਣਦਾ ਹੈ ਅਤੇ ਜਿਤਨਾ ਮਾਨ ਅਤੇ ਸਨਮਾਨ ਉਸਨੂੰ ਮਿਲਣਾ ਹੈ ਉਹ ਮਿਲੇਗਾ ਨਹੀਂ, ਜੋ ਸਨਮਾਨ ਮਿਲਣ ਵਾਲੀ ਗੱਲ ਨਹੀਂ। ਜਦੋਂ ਪ੍ਰਭੂ ਦਾ ਵਚਨ ਬੜੇ ਸ਼ਕਤੀ ਦੇ ਨਾਲ ਉਹਨਾਂ ਨੂੰ ਸੁਣਾਉਣਾ ਹੈ, ਇਹ ਪੁਰੋਹਿਤ ਨੂੰ ਵੀ ਕਈ ਵਾਰੀ ਮੁਸ਼ਕਿਲ ਆਉਂਦਾ ਹੈ। ਪਰ ਪ੍ਰਭੂ ਯੇਸ਼ੂ ਮਸੀਹ ਮਸੀਹਾ ਹੈ, ਖੁਦਾ ਦਾ ਬੇਟਾ ਹੈ, ਉਸਨੇ ਮਾਂ ਦੀ ਗੋਦ ਵਿੱਚ ਕਾਲਣ ਤੋਂ ਪਹਿਲਾਂ ਹੀ ਪਰਮੇਸ਼ਵਰ ਨੇ ਉਸਨੂੰ ਜਾਣਦਾ ਸੀ ਅਤੇ ਉਸਨੂੰ ਚੁਣ ਲਿਆ ਸੀ, ਜਿਸ ਤਰ੍ਹਾਂ ਯਰਮੀਆ ਨਬੀ ਨੂੰ ਦੱਸਿਆ ਹੈ। ਤੋ ਅਸਲ ਵਿੱਚ ਅੱਗੇ ਆਉਣ ਵਾਲੀ ਮਸੀਹਾ ਦੇ ਬਾਰੇ ਯਰਮੀਆ ਨਬੀ ਦੇ ਰਾਹੀਂ ਪਰਮੇਸ਼ਵਰ ਇਹ ਦੱਸਦਾ ਹੈ। ਤੋ ਯਰਮੀਆ ਦੇ ਲਈ ਜਿਹੜੀ ਜ਼ਿੰਮੇਵਾਰੀ ਪਰਮੇਸ਼ਵਰ ਨੇ ਦਿੱਤਾ ਹੈ ਇਹੀ ਹੈ, ਮੈਂ ਤੈਨੂੰ ਖੋਮਾਮ ਦੇ ਲਈ ਨਿਯੁਕਤ ਕੀਤਾ ਹੈ। ਕਿਸ ਕੰਮ ਦੇ ਲਈ ਨਿਯੁਕਤ ਕੀਤਾ? ਖੋਮਾ ਨੂੰ ਸੁਸਮਾਚਾਰ ਸੁਣਾਉਣਾ, ਅਤੇ ਇਹ ਸੁਸਮਾਚਾਰ ਖੁਦਾ ਦੇ ਵਚਨ ਸੁਣਾਉਣਾ ਇਹ ਬਹੁਤ ਆਸਾਨ ਨਹੀਂ ਹੈ। ਜੇਕਰ ਅਸੀਂ ਯਰਮੀਆ ਦੇ ਪਹਿਲੇ ਬਾਬ ਦੇ ਉਹਦੇ 17 ਵੱਲ ਧਿਆਨ ਲਾਏਗਾ, ਤੋ ਉੱਥੇ ਇਹ ਲਿਖਿਆ ਹੈ ਕਿ ਯਰਮੀਆ ਪਹਿਲੇ ਬਾਬ ਦੇ 17 ਵਿੱਚ ਕਹਿੰਦਾ, ਤੂੰ ਤਿਆਰ ਹੋ ਅਤੇ ਜਾ ਕੇ ਉਹਨਾਂ ਨੂੰ ਮੇਰੀ ਆਗਿਆਵਾਂ ਅਨੁਸਾਰ ਸਭ ਕੁਛ ਦੱਸ। ਜਿਸ ਤਰ੍ਹਾਂ ਜੋ ਮੈਂ ਤੈਨੂੰ ਦੱਸਦਾ ਤੂੰ ਉਹਨਾਂ ਨੂੰ ਦੱਸਣਾ ਹੈ। ਤੂੰ ਇਸ ਵੇਲੇ ਉਹਨਾਂ ਕੋਲੋਂ ਨਾ ਡਰ, ਨਹੀਂ ਤਾਂ ਮੈਂ ਆਪ ਹੋਰ ਅਧਿਕ ਤੈਨੂੰ ਉਹਨਾਂ ਸਾਹਮਣੇ ਡਰਾ ਦੇਵਾਂਗਾ। ਅਤੇ ਯਰਮੀਆ ਤੂੰ ਨਾ ਡਰ, ਰਾਜਾ ਪੁਰੋਹਿਤ ਲੋਕ ਇਹਨਾਂ ਸਭ ਨੂੰ ਜਾ ਕੇ ਮੇਰੇ ਵਚਨ ਕਾ ਉਹਨਾਂ ਨੂੰ ਦੱਸ ਦਿਉ। ਪਰ ਜਦੋਂ ਤੁਸੀਂ ਇਹ ਦੱਸੇਗਾ ਇਹ ਨਾ ਸੋਚੋ ਕਿ ਉਹ ਲੋਕ ਬਹੁਤ ਖੁਸ਼ੀ ਦੇ ਨਾਲ ਪ੍ਰਭੂ ਦਾ ਵਚਨ ਸਵੀਕਾਰ ਕਰਨਗੇ, ਨਹੀਂ ਕਰੇਗਾ, ਉਹ ਸਭ ਤੇਰੇ ਖਿਲਾਫ ਹੋ ਜਾਏਗੇ, ਉਹ ਸਭ ਤੇਰੇ ਖਿਲਾਫ ਆਵਾਜ਼ ਉਠਾਏਗੇ ਅਤੇ ਤੈਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਗੇ। ਅਤੇ ਪ੍ਰਭੂ ਯੇਸ਼ੂ ਜਦੋਂ ਸੰਦੇਸ਼ ਸੁਣਾ ਕੇ ਇਸ ਸੰਸਾਰ ਦੇ ਵਿੱਚ ਆਇਆ, ਨਾਸਰਤ ਦੇ ਵਿੱਚ ਆਏ, ਚੁਣੇ ਹੋਏ ਲੋਕਾਂ ਦੇ ਵਿਚਕਾਰ ਆਏ, ਪ੍ਰਭੂ ਯੇਸ਼ੂ ਜਦੋਂ ਆਇਆ ਠੀਕ ਉਸੇ ਤਰ੍ਹਾਂ ਹੀ ਕੁਛ ਹੀ ਲੋਕ ਪ੍ਰਭੂ ਯੇਸ਼ੂ ਦੇ ਸੰਦੇਸ਼ ਸਵੀਕਾਰ ਕੀਤਾ, ਬਾਕੀ ਸਭ ਲੋਕਾਂ ਨੇ ਇਹ ਸਵਾਲ ਪੁੱਛਿਆ, ਇਹ ਕਿਹੜਾ ਨਬੀ ਹੈ, ਅਸੀਂ ਇਹਨੂੰ ਤਾਂ ਅਸੀਂ ਜਾਣਦੇ ਹਾਂ, ਅਸੀਂ ਇਹਦੇ ਗੱਲ ਥੋੜ੍ਹੀ ਸੁਣਨਾ ਹੈ। ਇਸ ਤਰੀਕੇ ਦੇ ਨਾਲ ਲੋਕਾਂ ਨੇ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਕੀਤਾ, ਉਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ। ਅਸੀਂ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਮੈਂ ਪਹਿਲੇ ਦੱਸਿਆ ਪਰਮੇਸ਼ਵਰ ਨੇ ਹਰੇਕ ਨੂੰ ਬੁਲਾਉਂਦਾ ਹੈ। ਪਰਮੇਸ਼ਵਰ ਦੇ ਬੁਲਾਵਾ ਸਵੀਕਾਰ ਜਦੋਂ ਕਰਦਾ ਹੈ ਉਹ ਬੁਲਾਹਟ ਦੇ ਵਿੱਚ ਬਦਲ ਜਾਂਦਾ ਹੈ। ਪ੍ਰਭੂ ਹਰੇਕ ਨੂੰ ਬੁਲਾਉਂਦਾ ਹੈ, ਕਿਸ ਚੀਜ਼ ਵੱਲ ਬੁਲਾਉਂਦਾ ਹੈ ਇਹੀ ਸੰਤ ਪੌਲੁਸ ਸਾਨੂੰ ਦੱਸਦਾ ਹੈ। ਸਭ ਉੱਤਮ ਦਾ ਆਨੰਦ ਲਈ ਤੁਸੀਂ ਪ੍ਰਾਪਤ ਕਰਨ ਲਈ ਤੁਸੀਂ ਕੋਸ਼ਿਸ਼ ਕਰਨਾ ਹੈ, ਤੁਸੀਂ ਚਾਹਵਾਨ ਰਹੋ। ਕਿਸ ਚੀਜ਼ ਦੇ ਲਈ ਚਾਹਵਾਨ ਰਹਿਣਾ ਹੈ? ਉੱਤਮ ਦਾ। 12 ਬਾਬ ਦੀ ਉਹਦੇ ਕੱਤੀ ਵਿੱਚ ਦੱਸੇਗਾ, ਪਹਿਲਾ ਕੋਰਿੰਥਸ ਦੇ 12 ਬਾਬ ਦੀ ਕੱਤੀ ਦੇ ਵਿੱਚ ਦੱਸੇਗਾ, ਤੁਸੀਂ ਉੱਤਮ ਦਾਦਾਨ ਦੇ ਚਾਹਵਾਨ ਰਹੋ। ਅਤੇ ਉਸ ਤੋਂ ਬਾਅਦ 13 ਬਾਬ ਪਹਿਲੇ ਵਿੱਚ ਦੱਸੇ, ਹੁਣ ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਦੱਸਦਾ ਹਾਂ। ਸਭ ਤੋਂ ਉੱਤਮ ਰਾਹ, ਸਭ ਤੋਂ ਉੱਤਮ ਚੀਜ਼ ਕੀ ਹੈ? ਜੋ ਇੱਕ ਵਿਸ਼ਵਾਸੀ ਹੈ ਇਹ ਵਿਸ਼ਵਾਸੀ ਨੂੰ ਮਿਲਣਾ ਚਾਹੀਦਾ, ਵਿਸ਼ਵਾਸੀ ਅਪਣਾਉਣ ਲਈ ਕੋਸ਼ਿਸ਼ ਕਰਨਾ ਚਾਹੀਦਾ। ਸੰਤ ਪੌਲੁਸ ਪਹਿਲਾ ਕੋਰਿੰਥਸ 13 ਬਾਬ ਦੇ ਵਿੱਚ ਪਿਆਰ ਦੇ ਬਾਰੇ ਦੱਸਦਾ ਹੈ। ਅਸੀਂ ਜਾਣਦੇ ਹਾਂ ਪਰਮੇਸ਼ਵਰ ਪਿਆਰ ਹੈ, ਸੰਤ ਯੂਹੰਨਾ ਆਪਣੀ ਚਿੱਠੀ ਵਿੱਚ ਸਾਨੂੰ ਦੱਸਦਾ ਹੈ, ਪਹਿਲੇ ਬਾਬ ਦੀ 4 ਦੇ 7 ਅਤੇ 16 ਦੇ ਵਿੱਚ ਦੱਸੇਗਾ ਕਿ ਪਰਮੇਸ਼ਵਰ ਪਿਆਰ ਹੈ, ਖੁਦਾ ਪਿਆਰ ਹੈ। ਅਤੇ ਪਰਮੇਸ਼ਵਰ ਨੇ ਇਨਸਾਨ ਨੂੰ ਵੀ ਉਸੇ
ਪਿਆਰ ਦੇ ਖਾਤਰ ਬਣਾਇਆ ਅਤੇ ਪਰਮੇਸ਼ਵਰ ਇਨਸਾਨ ਕੋਲੋਂ ਇਹ ਚਾਹੁੰਦਾ ਹੈ ਕਿ ਇਨਸਾਨ ਪਰਮੇਸ਼ਵਰ ਨੂੰ ਵਾਪਸ ਪਿਆਰ ਦੇ। ਸਾਡੇ ਅੰਦਰ ਪਰਮੇਸ਼ਵਰ ਦੇ ਲਈ ਪਿਆਰ ਵਧਣਾ ਚਾਹੀਦਾ ਹੈ। ਪਰਮੇਸ਼ਵਰ ਦੇ ਪਿਆਰ ਦੀ ਭਰਪੂਰਤਾ ਜਦੋਂ ਅਨੁਭਵ ਕਰੇਗਾ, ਬਾਕੀ ਸਭ ਚੀਜ਼ਾਂ ਦਾ ਸਹੀ ਜੋ ਜਗ੍ਹਾ ਹੈ, ਉਹ ਦਰਜਾ ਹੈ, ਅਸੀਂ ਉਹਨੂੰ ਦੇਵੇਗਾ। ਜੇਕਰ ਪ੍ਰਭੂ ਦੇ ਪਿਆਰ ਦੇ ਨਾਲ ਅਸੀਂ ਭਰ ਗਿਆ ਹੈ, ਤਾਂ ਫਿਰ ਅਸੀਂ ਗਲਤ ਚੀਜ਼ਾਂ ਦੇ ਮਗਰ ਨਹੀਂ ਤੁਰੇਗਾ। ਪਰਮੇਸ਼ਵਰ ਦੇ ਪਿਆਰ ਇਸ ਦੇ ਨਾਲ ਭਰਪੂਰ ਹੋਣਾ, ਕਿਉਂਕਿ ਪ੍ਰਭੂ ਦਾ ਪਿਆਰ ਸੰਤ ਪੌਲਸ ਦੱਸੇਗਾ ਕਿਸ ਤਰੀਕੇ ਦੇ ਨਾਲ ਪਿਆਰ, ਕਿਸ ਤਰ੍ਹਾਂ ਉਹ ਸਭ ਕੁਝ ਸਹਿ ਲੈਂਦਾ ਹੈ, ਪਿਆਰ ਈਰਖਾ ਨਹੀਂ ਕਰਦਾ ਹੈ। ਤੋ ਪਿਆਰ ਦੇ ਬਾਰੇ ਵਰਣਨ ਕਰਦੇ ਹੋਏ, ਪਿਆਰ ਸਹਿਨਸ਼ੀਲ ਅਤੇ ਦਿਆਲੂ ਹੈ, ਈਰਖਾਲੂ ਨਹੀਂ ਹੈ, ਹੰਗਾਰੀ ਨਹੀਂ ਹੈ, ਹਟੀ ਨਹੀਂ ਹੈ, ਬੁਰਾ ਵਰਤਾਵ ਨਹੀਂ ਕਰਦਾ ਹੈ, ਆਪਣਾ ਮਤਲਬ ਦੇ ਲਈ ਨਹੀਂ ਦੇਖਦਾ ਹੈ, ਛਿੜਦਾ ਨਹੀਂ ਹੈ, ਬੁਰਾਈ ਤੋਂ ਕੁਛ ਨਹੀਂ ਹੁੰਦਾ ਹੈ, ਸੱਚਾਈ ਤੋਂ ਪ੍ਰਸੰਨ ਹੁੰਦਾ ਹੈ, ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ, ਸਭ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭ ਗੱਲਾਂ 'ਤੇ ਆਸ ਰੱਖਦਾ ਹੈ ਅਤੇ ਸਭ ਗੱਲਾਂ ਛੱਲ ਲੈਂਦਾ ਹੈ। ਪਿਆਰ ਦਾ ਕੋਈ ਅੰਤ ਨਹੀਂ ਹੈ। ਪਰਮੇਸ਼ਵਰ ਦੇ ਉਸ ਪਿਆਰ ਦੇ ਨਾਲ ਭਰਪੂਰ ਹੋਣ ਵਾਲੇ ਲੋਕ ਜਦੋਂ ਪਾਪ ਬੁਰਾਈ ਦੇ ਨਾਲ ਭਰ ਜਾਂਦਾ ਹੈ, ਪਰਮੇਸ਼ਵਰ ਵਿਸ਼ਵਾਸ ਸੰਗਤ ਵਿੱਚੋਂ ਕਿਸੇ ਨੂੰ ਬੁਲਾ ਲੈਂਦਾ ਹੈ, ਚੁਣ ਲੈਂਦਾ ਹੈ, ਉਹਨਾਂ ਨੂੰ ਨਿਯੁਕਤ ਕਰਦਾ ਹੈ, ਉਹਨਾਂ ਨੂੰ ਸੰਦੇਸ਼ ਸੁਣਾਉਣ ਲਈ, ਤੁਸੀਂ ਗਲਤ ਰਾਹ 'ਤੇ ਭਟਕ ਰਹੇ ਹੋ, ਵਾਪਸ ਆਓ। ਅਤੇ ਜਦੋਂ ਸਾਨੂੰ ਖੁਦਾ ਦੇ ਸੰਦੇਸ਼ ਇਸ ਤਰ੍ਹਾਂ ਦੱਸਿਆ ਜਾਂਦਾ ਹੈ, ਅਕਸਰ ਲੋਕ ਕਹਿੰਦਾ ਇਹ ਤਾਂ ਇਸ ਤਰ੍ਹਾਂ ਇਹਨਾਂ ਦਾ ਪ੍ਰਚਾਰ ਸਾਨੂੰ ਠੀਕ ਨਹੀਂ ਲੱਗਦਾ ਹੈ, ਕਿਉਂਕਿ ਇਹ ਸਾਡੇ ਕੰਮਾਂ ਦੇ ਖਿਲਾਫ ਬੋਲਦਾ ਹੈ, ਅਸੀਂ ਜੋ ਹੇਰਾਫੇਰੀ ਕਰਦਾ ਹੈ ਜਾਂ ਅਸੀਂ ਚੋਰੀ ਕਰਦਾ ਹੈ, ਅਸੀਂ ਜੋ ਕਰਦਾ ਹੈ ਇਹਦੇ ਖਿਲਾਫ ਇਹ ਬੋਲਦਾ ਹੈ। ਇਹਦੇ ਵਚਨ ਸੁਣਨ ਦੇ ਨਾਲ ਸਾਡੇ ਅੰਧਕਰਨ ਦੇ ਵਿੱਚ ਥੋੜ੍ਹਾ ਤਕਲੀਫ ਉੱਠਦਾ ਹੈ, ਅਸੀਂ ਇਹ ਨਹੀਂ ਸੁਣਨਾ ਚਾਹੁੰਦਾ। ਨਬੀ ਬਣਨਾ, ਪੁਰੋਹਿਤ ਬਣ ਕੇ ਪ੍ਰਭੂ ਦੇ ਸੇਵਾ ਦੇ ਵਿੱਚ ਲੱਗਣਾ, ਸਮਰਪਿਤ ਜ਼ਿੰਦਗੀ ਬਿਤਾਉਣਾ, ਇਹ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਨਾ ਹੈ। ਯਰਮਿਆ ਨਬੀ ਦੇ ਨਾਲ ਜੋ ਹੋਇਆ ਵਾਪਰਿਆ ਹੈ, ਠੀਕ ਇਸੀ ਤਰ੍ਹਾਂ ਹੀ ਪ੍ਰਭੂ ਯੇਸ਼ੂ ਮਸੀਹ ਦੇ ਛੇਲਿਆਂ ਦੇ ਨਾਲ ਵੀ ਵਾਪਰਦਾ ਹੈ, ਜਿਹਦੇ ਵਿੱਚ ਸੰਤ ਪੌਲਸ ਸਾਡੇ ਸਾਹਮਣੇ ਆਪਣੇ ਵਚਨ ਦੇ ਰਾਹੀਂ ਦੱਸਦਾ ਹੈ। ਪ੍ਰਭੂ ਦੇ ਪਿਆਰ ਦੇ ਖਾਤਰ ਮੈਂ ਆਪਣੀ ਜ਼ਿੰਦਗੀ ਇੱਕ ਕੁਰਬਾਨੀ ਦੇ ਤੌਰ 'ਤੇ ਮੈਂ ਸਮਰਪਣ ਕਰਦਾ ਹਾਂ। ਇਸ ਕਰਕੇ ਸਾਡੇ ਲਈ ਵਿਚਾਰ ਕਰਨ ਵਾਲੀ ਅੱਜ ਗੱਲ ਇਹੀ ਹੈ, ਪਰਮੇਸ਼ਵਰ ਨੇ ਸਾਨੂੰ ਚੁਣ ਲਿਆ ਹੈ, ਤਾਂ ਸਾਡਾ ਜਵਾਬ ਪ੍ਰਭੂ ਦੇ ਲਈ ਕੀ ਹੈ? ਕੀ ਪ੍ਰਭੂ ਨੇ ਮੈਨੂੰ ਵੀ ਚੁਣਿਆ ਹੈ? ਅਤੇ ਜੇਕਰ ਪ੍ਰਭੂ ਨੇ ਮੈਨੂੰ ਚੁਣਿਆ ਹੈ, ਪ੍ਰਭੂ ਮੈਨੂੰ ਕੀ ਆਖਦਾ ਹੈ, ਕਿਹੜਾ ਕੰਮ ਕਰਨ ਲਈ ਆਖਦਾ ਹੈ? ਪਰਮੇਸ਼ਵਰ ਦੀ ਆਵਾਜ਼ ਸੁਣਨਾ, ਪਹਿਚਾਨਣਾ, ਇਸ ਦੇ ਲਈ ਸਭ ਲੋਕ ਤਿਆਰ ਹੋਣਾ ਚਾਹੀਦਾ ਹੈ, ਵਿਸ਼ੇਸ਼ ਕਰਕੇ ਨੌਜਵਾਨ ਲੋਕ, ਕਿਉਂਕਿ ਵੱਖ ਵੱਖ ਜ਼ਿੰਮੇਵਾਰੀਆਂ ਸਵੀਕਾਰ ਕਰਨ ਦੀ ਜੋ ਉਮਰ ਹੈ, ਇਹ ਸ਼ੁਰੂ ਹੁੰਦਾ ਹੈ ਤਕਰੀਬਨ 15 ਸਾਲ ਤੋਂ ਲੈ ਕੇ 20-21 ਸਾਲ ਦੇ ਉਮਰ ਤੱਕ। ਉਹ ਆਪਣੇ ਰਾਹ ਕਿਹੜੀ ਹੈ ਇਸ ਨੂੰ ਚੁਣਨਾ ਚਾਹੀਦਾ, ਇਸ ਨੂੰ ਬਾਅਦ ਵਿੱਚ ਸੋਚਾਂਗੇ, ਬਾਅਦ ਵਿੱਚ ਕਰਾਂਗੇ, ਇਸ ਤਰ੍ਹਾਂ ਸੋਚ ਕੇ ਨਹੀਂ ਰਹਿਣਾ ਚਾਹੀਦਾ ਹੈ। ਤਾਂ ਮੈਂ ਦੱਸਿਆ, ਪਿਛਲੇ ਦਿਨੀ ਅਸੀਂ ਸਮਰਪਿਤ ਲੋਕਾਂ ਦੇ ਤਿਉਹਾਰ ਮਨਾਇਆ ਹੈ। ਨਵੀ ਦੇ ਹੋਣ ਦੇ, ਪੁਰੋਹਿਤ ਹੋਣ ਦੇ ਲਈ, ਪ੍ਰਭੂ ਦੇ ਲਈ ਸਮਰਪਿਤ ਲੋਕ ਬਣਨ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਬੁਲਾਉਂਦਾ ਹੈ, ਉਹਨਾਂ ਦੀ ਸੇਵਾ ਕਲੀਸਿਆ ਦੇ ਵਿੱਚ ਬਹੁਤ ਜ਼ਿਆਦਾ ਹੈ। ਜਿਤਨੇ ਜ਼ਿਆਦਾ ਹੈ ਉਹ ਦਿਖਾਈ ਨਹੀਂ ਦਿੰਦਾ ਹੈ, ਕਿਉਂਕਿ ਉਹਨਾਂ ਦੇ ਜ਼ਿੰਦਗੀ ਪ੍ਰਭੂ ਦੇ ਲਈ ਕੁਰਬਾਨੀ ਦੇ ਤੌਰ 'ਤੇ ਸਮਰਪਣ ਕੀਤਾ ਗਿਆ ਹੈ। ਅਤੇ ਇਹ ਕੁਰਬਾਨੀ ਜੋ ਹੈ, ਜਦੋਂ ਕੁਰਬਾਨ ਕੀਤਾ ਜਾਂਦਾ ਹੈ, ਉਹ ਖਤਮ ਹੋ ਜਾਂਦਾ ਹੈ, ਅਤੇ ਉਸਦੇ ਮਹੱਤਵ, ਉਸਦੇ ਮਾਨ ਦਾ ਜਲਦੀ ਸਮਝ ਮੈਂ ਨਹੀਂ ਆਉਂਦਾ ਹੈ। ਤੋ ਸਮਰਪਿਤ ਲੋਕ ਕਲੀਸਿਆ ਨੂੰ ਜਿਉਂਦਾ ਰੱਖਦਾ ਹੈ। ਇਸ ਤਰ੍ਹਾਂ ਦੱਸਿਆ ਹੈ, ਵਿਸ਼ੇਸ਼ ਕਰਕੇ ਸੰਤ ਤੇਰੇਸਾ ਲਿਸਿਊ ਦੇ ਬਾਲਗ, ਸੰਤ ਤੇਰੇਸਾ ਬਾਲਗ ਯੇਸ਼ੂ ਦੇ ਸੰਤ ਨੇ ਤੇਰੇਸਾ, ਇਹ ਦੱਸਿਆ ਹੈ ਕਿ ਮੈਂ ਸਮਝ ਗਈ ਹਾਂ ਕਿ ਮੇਰਾ ਜੋ ਬੁਲਾਹਟ ਹੈ ਉਹ ਕੀ ਹੈ, ਮੈਂ ਸਮਝ ਗਈ ਹਾਂ। ਇਹੀ ਹੈ ਕਲੀਸਿਆ ਦੇ ਵਿੱਚ ਹਿਰਦੇ, ਯਾਨੀ ਦਿਲ ਜੋ ਹੈ, ਇਹੀ ਹੈ ਮੇਰੀ ਦਰਜਾ। ਸਮਰਪਿਤ ਲੋਕਾਂ ਦੀ ਜਗ੍ਹਾ ਕਲੀਸਿਆ ਦੇ ਦਿਲ ਦੀ ਜਗ੍ਹਾ ਹੈ। ਅਸੀਂ ਦੱਸਿਆ ਯੇਸ਼ੂ ਮਸੀਹ ਇੱਕ ਸਰੀਰ ਹੈ,
ਅਤੇ ਸਰੀਰ ਦੇ ਵਿੱਚ ਬਹੁਤ ਸਾਰੇ ਅੰਗ ਹੈ ਅਤੇ ਹਰ ਅੰਗ ਦੀ ਆਪਣੀ ਯੋਗਦਾਨ ਹੈ ਅਤੇ ਸਮਰਪਿਤ ਲੋਕਾਂ ਦੇ ਲਈ ਕੀ ਦਰਜਾ ਹੈ ਉਹ ਇਹੀ ਹੈ ਕਿ ਉਹ ਦਿਲ ਦੀ ਜਗ੍ਹਾ ਲੈ ਲੈਂਦਾ ਹੈ। ਦਿਲ ਦੇ ਬਾਰੇ ਸੋਚੇਗਾ ਤਾਂ ਸਾਨੂੰ ਪਤਾ ਹੈ ਦਿਲ ਪਿਆਰ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਸੋਚੇਗਾ ਕਿ ਹਾਂ ਮੇਰੇ ਦਿਲ ਵਿੱਚ ਪਿਆਰ ਭਰ ਜਾਂਦਾ ਹੈ ਅਤੇ ਦਿਲ ਸਰੀਰਕ ਤੌਰ 'ਤੇ ਦਿਲ ਦੇ ਬਾਰੇ ਸੋਚੇਗਾ ਤਾਂ ਸਾਨੂੰ ਪਤਾ ਹੈ ਕਿ ਦਿਲ ਦੇ ਵਿੱਚੋਂ ਖੂਨ ਸਾਰੇ ਸਰੀਰ ਵੱਲ ਪਹੁੰਚਦਾ ਹੈ ਕਿਉਂਕਿ ਦਿਲ ਦੇ ਧੜਕਣ ਜਿਹੜੀ ਹੈ ਉਹ ਧੜਕਣ ਦੇ ਰਾਹੀਂ ਹੌਲੀ ਹੌਲੀ ਜੋ ਖੂਨ ਹੈ ਸਰੀਰ ਦੇ ਸਾਰੇ ਜਗ੍ਹਾ ਦੇ ਵਿੱਚ ਪਹੁੰਚਾਉਂਦਾ ਹੈ। ਜੇਕਰ ਨਹੀਂ ਪਹੁੰਚਾਉਂਦਾ ਹੈ ਤਾਂ ਹੌਲੀ ਹੌਲੀ ਉਹ ਸਰੀਰ ਦੇ ਅੰਗ ਸੁੱਕ ਜਾਏਗਾ, ਉਹ ਕੰਮ ਨਹੀਂ ਕਰੇਗਾ, ਉਹ ਮਰ ਜਾਏਗਾ, ਖਤਮ ਹੋ ਜਾਏਗਾ। ਤਾਂ ਜਦੋਂ ਦਿਲ ਬੰਦ ਹੋ ਜਾਂਦੇ ਹੈ ਉਹ ਲਗਾ ਦਿਲ ਕਾ ਦੌਰਾ ਪੈ ਗਿਆ ਹੈ ਅਤੇ ਬੰਦਾ ਮਰ ਗਿਆ ਹੈ। ਤਾਂ ਇਸੇ ਤਰ੍ਹਾਂ ਕਲੀਸੀਆ ਦੇ ਵਿੱਚ ਵੱਖ ਵੱਖ ਜਗ੍ਹਾ ਹੈ, ਹਾਂ ਹਾਇਰਾਰਕੀ ਹੈ, ਉੱਚੇ ਪਦਵੀ ਪਰ ਰਹਿਣ ਵਾਲੇ ਹੈ, ਸੰਤ ਪਾਪਾ ਹੈ, ਬਿਸ਼ਪ ਲੋਕ ਹੈ, ਪੁਰੋਹਿਤ ਲੋਕ ਹੈ, ਡੀਕਨ ਲੋਕ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀ ਹੈ ਆਪਣੇ ਕਲੀਸੀਆ ਦੀ ਵਿਸ਼ਵਾਸੰਗ ਦੇਖਭਾਲ ਕਰਨ ਦੀ। ਕਲੀਸੀਆ ਦੇ ਵਿੱਚ ਦਿਲ ਦੀ ਜੋ ਜਗ੍ਹਾ ਲੈਣ ਵਾਲੇ ਸਮਰਪਿਤ ਲੋਕ ਹੈ, ਭਾਈ ਅਤੇ ਬਹਿਣ ਜੋ ਪ੍ਰਭੂ ਦੇ ਲਈ ਸਮਰਪਿਤ ਆਪਣੀ ਜ਼ਿੰਦਗੀ ਕੁਰਬਾਨੀ ਦੇ ਤੌਰ 'ਤੇ ਸਮਰਪਣ ਕੀਤਾ, ਉਹਨਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਪ੍ਰਭੂ ਦੇ ਪਿਆਰ ਦੇ ਵਿੱਚ ਕਲੀਸੀਆ ਦੇ ਵੱਲੋਂ ਪ੍ਰਭੂ ਨੂੰ ਪਿਆਰ ਕਰਨਾ, ਕਲੀਸੀਆ ਵੱਲੋਂ ਪ੍ਰਭੂ ਦੇ ਅੱਗੇ ਕੁਰਬਾਨੀਆਂ ਚੜਾਉਣਾ ਅਤੇ ਇਸ ਤਰੀਕੇ ਦੇ ਨਾਲ ਕਲੀਸੀਆ ਦੇ ਵਿੱਚ ਖੁਦਾਈ ਜੀਵਨ ਨੂੰ ਜਾਰੀ ਰੱਖਣਾ ਹੈ, ਖੁਦਾ ਦੀ ਫਸਲ ਨੂੰ ਕਲੀਸੀਆ ਦੇ ਵਿੱਚ ਹੋਰ ਜ਼ਿਆਦਾ ਵਧਾਉਣਾ ਹੈ। ਤਾਂ ਇਸੇ ਤਰ੍ਹਾਂ ਹਰ ਇੱਕ ਦੇ ਵਿੱਚ ਜੋ ਯੋਗਦਾਨ ਹੈ, ਕਲੀਸੀਆ ਦੇ ਵਿੱਚ ਹੋਰ ਵੀ ਲੋਕ ਹੈ, ਲੇਟੀ ਅਸੀਂ ਕਹੇਗਾ ਜੋ ਲੇਟੀ ਦੇ ਜੋ ਦਰਜਾ ਲੈਣ ਵਾਲੇ ਹੈ ਜੋ ਪ੍ਰਭੂ ਦੇ ਲਈ ਵਿਸ਼ੇਸ਼ ਕਰਕੇ ਸਮਰਪਿਤ ਜੀਵਨ ਨਹੀਂ ਬਿਤਾਇਆ ਗਿਆ ਹੈ ਜਾਂ ਜਿਨ੍ਹਾਂ ਨੂੰ ਪੁਰੋਹਿਤਾਈ ਦਰਜਾ ਨਹੀਂ ਹੈ, ਉਹ ਸਭ ਲੋਕਾਂ ਦੀ ਵਿਸ਼ੇਸ਼ ਬੁਲਾਵਾ ਹੈ ਅਤੇ ਬੁਲਾਹਟ ਹੈ। ਸੰਸਾਰ ਦੇ ਵਿੱਚ ਰਹਿ ਕੇ ਪਰਮੇਸ਼ੁਰ ਦੇ ਪਿਆਰ, ਪਰਮੇਸ਼ੁਰ ਦੇ ਮੁਕਤੀ ਸਭ ਲੋਕਾਂ ਨੂੰ ਸੁਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਪਰ ਇਹ ਜੋ ਜ਼ਿੰਮੇਵਾਰੀ ਜਦੋਂ ਨਿਭਾਉਣਾ ਸ਼ੁਰੂ ਕਰੇਗਾ, ਤੁਸੀਂ ਵਿਸ਼ਵਾਸੀ ਹੋ ਕੇ ਦੁਨੀਆਂ ਦੇ ਵਿੱਚ ਆਪਣੇ ਵਿਸ਼ਵਾਸ ਦੇ ਮੁਤਾਬਿਕ, ਸੱਚਾਈ ਦੇ ਆਧਾਰਿਤ, ਭਗਤੀ ਦੇ ਮੁਤਾਬਿਕ ਨੇਕ ਜ਼ਿੰਦਗੀ ਜਦੋਂ ਬਿਤਾਉਣਾ ਸ਼ੁਰੂ ਕਰੇਗਾ, ਤੁਹਾਡੇ ਖਿਲਾਫ਼ ਬਹੁਤ ਸਾਰੇ ਲੋਕ ਹੋ ਜਾਏਗੇ ਅਤੇ ਤੁਹਾਨੂੰ ਮਜਬੂਰ ਕਰਨਗੇ ਗਲਤੀਆਂ ਕਰਨ ਲਈ, ਹੈਰਾਫੇਰੀ ਕਰਨ ਲਈ, ਛੋਟਾ ਬਿੱਲ ਬਣਾਉਣ ਵਾਸਤੇ ਅਤੇ ਜਲਦੀਬਾਜ਼ੀ ਪੈਸਾ ਕਮਾਉਣ ਵਾਸਤੇ। ਅਤੇ ਉਹ ਬਹੁਤ ਕਿਸਮ ਦੀ ਬੁਰਾਈ ਕਰਨ ਦੇ ਲਈ ਲੋਕ ਮਜਬੂਰ ਕਰਦਾ ਹੈ। ਤਾਂ ਇਸੇ ਤਰ੍ਹਾਂ ਦੀ ਲੋਕਾਂ ਦੇ ਖਿਲਾਫ਼ ਵਿਸ਼ਵਾਸੀ ਲੋਕਾਂ ਨੂੰ ਪਰਮੇਸ਼ੁਰ ਘੱਲਦਾ ਹੈ, ਜਿਸ ਤਰ੍ਹਾਂ ਯਰਮੀਆਂ ਨੂੰ ਘੱਲਿਆ ਹੈ। ਤਾਂ ਇਸ ਤਰ੍ਹਾਂ ਦੱਸਦਾ ਹੈ ਕਿ ਕਲੀਸੀਆ ਇੱਕ ਨਬੀ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ, ਯਾਨੀ ਪ੍ਰਭੂ ਦਾ ਵਚਨ ਦੀ ਘੋਸ਼ਣਾ ਕਰਨਾ, ਅਤੇ ਉਹ ਘੋਸ਼ਣਾ ਹਰ ਤਰੀਕੇ ਦੇ ਨਾਲ ਕਰਨਾ ਹੈ। ਅਤੇ ਉਸ ਦੇ ਵਿੱਚ ਇੱਕ ਬਹੁਤ ਵੱਡਾ ਤਰੀਕਾ ਇਹ ਹੈ, ਜ਼ਿੰਦਗੀ ਦੀ ਜੋ ਐਗਜ਼ਾਮਪਲ ਜਿਹੜੀ ਹੈ, ਆਪਣੇ ਜ਼ਿੰਦਗੀ ਦੇ ਰਾਹੀਂ ਪ੍ਰਗਟ ਕਰਨਾ ਕਿ ਵਿਸ਼ਵਾਸ ਦੀ ਜ਼ਿੰਦਗੀ ਕਿਹੋ ਜਿਹਾ ਹੈ। ਜੇਕਰ ਇਹ ਪ੍ਰਗਟ ਕਰਨਾ ਹੈ, ਤੁਸੀਂ ਉਹ ਪ੍ਰਗਟ ਕਰਦੇ ਹੋ, ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਖੂਬੀ ਤੁਹਾਡੇ ਅੰਦਰ ਹੋਣਾ ਚਾਹੀਦਾ ਉਹ ਇਹੀ ਹੈ, ਸੰਤ ਪੌਲਸ ਨੇ ਜੋ ਦੱਸਿਆ, ਪਿਆਰ ਹੋਣਾ ਚਾਹੀਦਾ ਹੈ, ਕਿਉਂਕਿ ਪਿਆਰ ਪਰਮੇਸ਼ੁਰ ਹੈ। ਜੇ ਤੁਸੀਂ ਪ੍ਰਭੂ ਦੇ ਨਾਲ ਜੁੜੇ ਹੋ, ਪਿਆਰ ਦੇ ਨਾਲ ਭਰੇ ਹੋ, ਤਾਂ ਫਿਰ ਸੰਸਾਰ ਦੇ ਵਿੱਚ ਤੁਸੀਂ ਜ਼ਰੂਰ ਸਭ ਲੋਕਾਂ ਦੇ ਸਾਹਮਣੇ ਪਰਮੇਸ਼ੁਰ ਦੀ ਸੱਚਾਈ ਦੀ ਘੋਸ਼ਣਾ ਆਪਣੇ ਵਰਤਾਓ ਦੇ ਰਾਖੀ, ਜ਼ਿੰਦਗੀ ਦੇ ਰਾਖੀ, ਰੋਜ਼ਾਨਾ ਜ਼ਿੰਦਗੀ ਦੇ ਰਾਖੀ ਪ੍ਰਗਟ ਕਰ ਸਕਦੇ ਹੋ। ਮੈਂ ਮਾਤਾ ਪਿਤਾ ਪਰਿਵਾਰ ਦੀ ਜ਼ਿੰਦਗੀ ਬਿਤਾਉਣ ਵਾਲੇ ਸਭ ਲੋਕਾਂ ਨੂੰ ਇਸ ਗੱਲ ਵੱਲ ਧਿਆਨ ਲਿਆਉਂਦੇ ਹਾਂ, ਤੁਸੀਂ ਜਿਹੜਾ ਧਿਆਨ ਨਾਲ ਸੁਣੋ, ਤੁਹਾਡੀ ਬਹੁਤ ਵੱਡੀ ਯੋਗਦਾਨ ਹੈ ਇਸ ਤਰੀਕੇ ਦੇ ਨਾਲ ਵਿਸ਼ਵਾਸ ਦੀ ਘੋਸ਼ਣਾ ਕਰਨ ਦੀ। ਅਤੇ ਇਹ ਘੋਸ਼ਣਾ ਖੁੱਲ੍ਹੇ ਤੌਰ 'ਤੇ ਟੀਵੀ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨ ਦੇ ਬਾਰੇ ਨਹੀਂ ਮੈਂ ਦੱਸਦਾ, ਇਹ ਪ੍ਰਚਾਰ ਹੈ ਤੁਹਾਡੇ ਘਰ ਵਿੱਚ ਛੋਟੇ ਬੱਚੇ ਪੈਦਾ ਹੁੰਦਾ ਹੈ, ਉਹਨਾਂ ਦੀ ਦੇਖਭਾਲ ਕਰਨਾ, ਉਹਨਾਂ ਦੀ ਪਾਲਣ ਪੋਸ਼ਣ ਕਰਨਾ, ਤੁਹਾਡੇ ਆਲੇ ਦੁਆਲੇ ਦੇ ਜੋ ਲੋਕ ਰਹਿੰਦਾ ਹੈ ਉਹਨਾਂ ਦੇ ਸਾਹਮਣੇ, ਬੱਚੋਂ ਦੇ ਸਾਹਮਣੇ, ਪਰਿਵਾਰ ਦੇ ਬਾਕੀ ਸਦੱਸ ਦੇ ਸਾਹਮਣੇ ਕਿਹੋ ਜਿਹਾ ਗਵਾਹੀ ਦਿੰਦੇ ਹੋ। ਪਰਿਵਾਰ ਦੇ ਵਿੱਚ ਅਸੀਂ ਖੁੱਲ੍ਹੇ ਤੌਰ 'ਤੇ ਗੱਲ ਕਰਦੇ ਹਾਂ, ਜੋ ਪਰਿਵਾਰ ਦੇ ਵਿੱਚ ਵਾਪਸ ਆਏਗਾ, ਸਾਰਾ ਕੰਮ ਕਰਕੇ ਵਾਪਸ ਆਏਗਾ, ਉੱਥੇ ਅਸੀਂ ਸਾਡਾ ਦੁੱਖ, ਸਾਡੇ ਖੁਸ਼ੀਆਂ, ਪਰੇਸ਼ਾਨੀਆਂ ਇਹ ਸਭ ਕੁਝ ਵੰਡਣਗੇ। ਅਤੇ ਸਾਡੀ ਜੋ ਗੱਲਬਾਤ ਘਰ ਦੇ ਵਿੱਚ ਜੋ ਚੱਲਦਾ ਹੈ,
जेकर बुराई की तरफ है, गलत खुशियां की तरफ है, गलत तरीके पैसा कमाओ बारे गर्व करता है, तुसी बहुत एक गलत गवाही देते हो। बच्चे वो सुनता है अते तुहाडे जिंदगी गलत तरीके की जिंदगी गलत तरीके जीवन बिताउन का यह गवाही सारे लोग देखता है। तो इसी तरह तुसी अपने बुलाहट के खिलाफ आप कम करते हो, ये बहुत वड्डी एक जिम्मेवारी है। तुसी समझना है एहो जिहा जीवन नहीं बिताना है। तुहानू सबनू नबी दे तौर ते परमेश्वर बुलाया, असी सब पुरोहिताई प्रभु येशु दे पुरोहिताई दे विच नबी दे दर्जा दे विच अते राजसी वंश है, असी संत पत्र सानू दसेगा। तो ये सब जिम्मेवारी सानू है, तो ये जिम्मेवारी पूरी तरह निभाना है। अते शुरू हुंदा है साढ़े अपने रोज़ की जिंदगी अते विशेष करके साड़ी जिम्मेवारी परिवार के लिए बच्चों के लिए। पति पत्नी एक दूसरे के लिए पवित्र होने के लिए कारण बनना चाहिए है। माता पिता बच्चों को पवित्र करने लिए कारण बनना चाहिए, उन्होंने विश्वास को बढ़ाने के लिए कारण होना चाहिए है। तो इसी तरीके नाल हर लोग अपने जिंदगी दे विच अपनी जिम्मेवारी जो निभाएगा प्रभु के प्यार दे नाल भरपूर हो जाएंगे। तो उत्थे कई बारी लोग पावे ये दसेगा कि ये तो साड़ा अपना पिंड दा लोग है, ये तो इथों आया है, असी इन्हू जानते हाँ, स्वीकार नहीं करेगा। जिन्हां दे मन कठोर है वो स्वीकार नहीं करेगा, बदलने लिए तैयार नहीं होवेगा। पर फिर भी तुसी अपने कर्तव्य निभाया है, तुसी प्रभु दा वचन सुनाया है, इस करके तुहानू जो फल मिलना है जरूर मिलेगा। तुसी ये सोच के नहीं सब कुछ करना कि मैनू इस तों की लाभ मिलेगा, लाभ मिलना प्रभु तो, सानू इनाम मिलना परमेश्वर तो। पर जो नबी दे दर्जा है इसनू असी अपने रोज़ की जिंदगी विच निभाना चाहिए है। इस करके कलीसिया दे विच वख वख जिम्मेवारी जो है उस दे बारे समझना है। पुरोहितां संत पापां नू बिशप साहिबां नू अते पुरोहितां नू विशेष जिम्मेवारी है लोगों की देखभाल करन दे लई। इसी जिम्मेवारी दे विच माता पिता नू खास जिम्मेवारी है बच्चों के परिवार की देखभाल करन लई। अते समर्पित लोगों की विशेष जगह है दिल, यानी सारे कलीसिया नू खुदा दी फजल नाल भरन दा प्रार्थना कुरबानी अपने जिंदगी नू कुरबानी तौर पर प्रभु दे अगे समर्पण करके प्रार्थनामय जीवन पवित्र जीवन ये बिता के। तो जो बुलाहट स्वीकार करता है पुरोहित बनने लई सिस्टर बनने लई जो जाता है उन्हां दे मन विच गलत विचार रखे नहीं जाना चाहिए है। अपने जिंदगी कुरबान करने लिए तैयार होकर वो बुलाहट स्वीकार करना चाहिए। इस तरह यरमिया ने दसिया मैं तेरा जिंदगी बहुत मुश्किल के नाल चलेगा पर मैं तेरे नाल चलेगा। तो प्रभु येशु मसीह खुदा का चुने हुआ दास कितना दुख छलिया है, सूली उत्ते अपनी जिंदगी कुरबान किया है अते परमेश्वर ने उसनू मुरदियां विचों जिंदा किया। इसी तरह ही साढ़े विचों हरेक नू जो प्रभु का बुलावा सुनता है प्रभु के वचन के मुताबिक चलता है दुनिया के सामने गवाही देता है उन्होंने जरूर यीशु मसीह की तरह इन्हों नबियों की तरह दुख का ही सामना तो करना पवेगा। पर जेकर असी प्रभु के नाल वफादार रहांगे वफादारी विच इदा घोषणा करांगे परमेश्वर दे तो मिलन वाली वो इनाम साड़ा हो जाएगा, प्रभु की महिमा दे असी हिस्सेदार होवांगे। अब असी प्रार्थना करिए कि परमेश्वर सानू आशीष देवे। प्यारे प्रभु जी असी तेरा धन्यवाद करते हाँ जिस तरह तू बहुत सारे लोगों को बुलाया है नियुक्त किया है समर्पित जीवन बिताने लई पुरोहिताई की जिंदगी बिताने लई। असी जानते हाँ कि यह बहुत मुश्किल वाली जिंदगी है, एक चुनौती है अपने जिंदगी कुर्बान करना कलीसिया दे लई सेवा भावना दे नाल जीवन बिताना ये सब एक चुनौती है। पर इसनू सही उद्देश दे नाल स्वीकार करन लई सानू साडे बच्चियां नू आशीष दे। साडे रोजाना जिंदगी विच वी प्रभु जी तेरे लई गवाही देण लई साडे जिंदगी दे राही गवाही देण दे लई वी आत्मा दे नाल सानू अभिषेक करके सानू भी नियुक्त कर। अते जो जवाब ते जिस तरीके दे नाल लोग साडे नाल वर्ताव करदा है इस दे वल नहीं साडे अपनी जिम्मेवारी वल ध्यान लगा के तेरे नाल वफादार रहने लई प्रभु जी सानू आशीष दे। असी ये मंगते हाँ
ਪ੍ਰਭੂ ਯੇਸ਼ੂ ਤੇਰੇ ਪਵਿੱਤਰ ਨਾਮ ਦੇ ਵਿੱਚ ਆਮੇਨ।